ਮਿੰਟੂ ਜੀ ਜਿਹੜਾ ਵੀਕੈਂਡ ਦੇ ਉੱਤੇ ਪੁਲ ਟੁੱਟਿਆ ਉਹਦੇ ਬੜੇ ਚਰਚੇ ਹੋ ਰਹੇ ਨੇ ਜੀ ਕਿਹਨੇ ਕਿ ਬਈ ਇਹ ਮੇਰੇ ਖਿਆਲ ਨਾਲ ਕਿਹਨੇ ਕਿ ਦੁਗਾੜਨ ਤੋਂ ਪਹਿਲਾਂ ਹੀ ਟੁੱਟ ਗਿਆ ਜੀ ਤਾ। ਹਾਂ ਸ਼ੁਕਰ ਕਰੋ ਵੀ ਉਹ ਪੁਲ ਜਿਹੜਾ ਹੈ ਉਹ ਖਲੋਤਾ ਸੀਗਾ ਤੇ ਡਿੱਗ ਪਿਆ। ਕਈ ਤੇ ਪੁਲ ਇਸ ਤਰ੍ਹਾਂ ਦੇ ਆ ਕਾਗਜ਼ਾਂ 'ਚ ਹੀ ਖਲੋਤੇ ਤੇ ਕਾਗਜ਼ਾਂ 'ਚ ਹੀ ਡਿੱਗ ਪੈਂਦੇ ਨੇ। ਇੰਡੀਆ ਹਾਜ਼ਰ। ਜੀ ਬਿਹਾਰ ਦੀ ਤੇ ਹਿਸਟਰੀ ਹੈ। ਜੀ ਇਹੀ ਪੁਲ ਦਾ ਇੱਕ ਹਿੱਸਾ ਅਪ੍ਰੈਲ 22 'ਚ ਡਿੱਗਾ। ਚਲੋ ਜੀ ਅਪ੍ਰੈਲ 22 ਹਲੇ ਮੂਰ ਤੇ ਬਾਕੀ ਹੈ ਹਾਂਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਪਟਨਾ ਚ ਇੱਕ ਵਰੀ ਡਿੱਗ ਪਿਆ ਇਸ ਤਰ੍ਹਾਂ ਦਾ ਪੁਲ ਜੀ ਆ ਥੋੜਾ ਸਮਾਂ ਪਹਿਲਾਂ ਜੀ ਇੱਕ ਹੋਰ ਅਸਮ ਦੇ ਵਿੱਚ ਡਿੱਗਾ ਸੀਗਾ ਜੀ ਉਹਨਾ ਮਜ਼ਾਕ ਕਰਦੇ ਹੁੰਦੇ ਲੋਕ ਕਹਿੰਦੇ ਕਿ ਕਿਸੇ ਨੂੰ ਨਾ ਰੰਗ ਕਰਨ ਵਾਲੇ ਨੂੰ ਭੇਜਿਆ ਕਿ ਜਾ ਫਲਾਣੇ ਫਲਾਈਓਵਰ ਤੇ ਜਾਂ ਫਲਾਣਾ ਜਿਹੜਾ ਪੁਲ ਸੀਗਾ ਕਿ ਭਾਈ ਉਹਦੇ ਤੇ ਰੰਗ ਕਰਕੇ ਆ ਜੀ ਉਹ ਵਿਚਾਰਾ ਸਾਰਾ ਦਿਨ ਮਗਜ਼ ਖਪਾਈ ਕਰਕੇ ਤੇ ਵਾਪਸ ਆ ਗਿਆ ਆਫਿਸ ਦੇ ਵਿੱਚ ਉਹ ਕਹਿੰਦਾ ਜੀ ਕਿ ਜਿੱਥੇ ਤੁਸੀਂ ਦੱਸਿਆ ਉੱਥੇ ਤਾਂ ਪੋਲਾ ਹੈ ਨਹੀਂ ਮੈਂ ਤੇ ਆਸੇ-ਪਾਸੇ ਵੀ ਵੇਖ ਆਇਆ ਮੈਂ ਹੁਣ ਰੰਗ ਕਿੰਨੂੰ ਕਰਾਂ ਦੱਸੋ ਉੱਥੇ ਤਾਂ ਪੋਲ ਹੀ ਆ ਨਹੀਂ ਜੀ ਉਹਨਾਂ ਨੇ ਆਖਿਆ ਕਿ ਕਮਾਲ ਦੀ ਗੱਲ ਐ ਭਰਾਵਾ ਅਸੀਂ ਪੁਲ ਜਿੱਤਰਾ ਕਾਗਜ਼ਾਂ 'ਚ ਬਣਾ ਕੇ ਖਾ ਦਿੱਤਾ ਤੇ ਤੂੰ ਇੱਕ ਰੰਗ ਨਹੀਂ ਲਾ ਸਕਦਾ ਤੁਮੀ ਕਹਦੇ ਵੀ ਰੰਗ ਲਾ ਆਇਆ ਬਸ ਜੀ ਐਦਾ ਤੇ ਰੰਗ ਲੱਗੇ ਨੇ ਜੀ ਆਹ ਹਾਲਿਆ ਸੋ ਇਹ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਨਿਤੇਸ਼ ਕੁਮਾਰ ਦਾ ਜੀ ਹੁਣ ਹੁੰਦਾ ਕੀ ਆ ਤੁਸੀਂ ਦੇਖੋ ਇਹਨੇ 19 ਚ ਤਿਆਰ ਹੋਣਾ ਸੀ 1700 ਕਰੋੜ ਰੁਪਈਆ ਹੁਣ ਇਹਦਾ ਬਣ ਗਿਆ ਉਹ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਇਹ ਸਾਰਾ ਇਹਦਾ ਹੈਗਾ ਸੀ ਬਜਟ 6700 ਕਰੋੜ ਦਾ ਉਹ ਵਧ ਗਿਆ ਵਧ ਗਿਆ 6 ਵਾਰੀ ਜਿਹੜੀ ਇਹਦੀ ਮਿਆਦ ਸੀਗੀ ਉਹ ਵਧਾਈ ਗਈ ਆ ਉਹਦੇ ਚ ਵਾਧਾ ਕੀਤਾ ਗਿਆ ਵਾਧਾ ਕਿਸ ਕਰਕੇ ਲੇਟ ਕਰੀ ਜਾਂਦੇ ਪ੍ਰੋਜੈਕਟ ਨੂੰ ਖਾਈ ਜਾਂਦੇ ਆ ਕਮਿਸ਼ਨ ਵੰਡੀ ਜਾਂਦੇ ਆ ਲੇਟ ਕਰੀ ਜਾਂਦੇ ਆ 6 ਐਕਸਟੈਂਸ਼ਨ ਨੇ ਇਸ ਪੁਲ ਦੀਆਂ ਤੇ ਮੈਨੂੰ ਲੱਗਦਾ 2-3 ਹੁਣ ਹੋਰ ਨਹੀਂ ਮਾਣ ਨੂੰ ਜੰਮੀਆਂ ਜੀ ਜਿਸ ਤਰ੍ਹਾਂ ਰੁੜ ਗਿਆ ਇੱਕ ਹਿੱਸਾ ਜੀ ਉਹ ਥੱਲੇ ਉਹ ਜਿਹੜੇ ਪਿੱਲਰ ਜਿਹੇ ਹੁੰਦੇ ਉਹ ਵੀ ਬਹਿ ਕੇ ਕਹਿੰਦੇ ਜੀ ਤੇ ਉਹ ਡਿੱਗ ਪਿਆ ਲੋਕ ਉਥੇ ਵੀਡੀਓ ਵਾਡੀਓ ਬਣਾ ਕੇ ਮੋੜਾ ਇਹ ਬਿਆ ਪਿਆ ਜੇ ਪੁਲ ਹੁਣ ਕਹਿੰਦੇ ਜਾਂਚ ਪੜਤਾਲ ਕਰਵਾਵਾਂਗੇ ਉਹ ਜਾਂਚ ਪੜਤਾਲ ਵਾਲੇ ਵੀ ਹੋ ਸਕਦਾ 2-4 ਪੁਲ ਦੇ ਵਿੱਚੋਂ ਜਿਹੜਾ ਹਿੱਸਾ ਭਾਤ ਉਹ ਵੀ ਲੈ ਕੇ ਆ ਜਾਣਾ ਇਹੀ ਕੋ ਚੱਲਦਾ ਹੈ ਨਾ ਜੀ ਤਾਂ ਆਹ ਸੂਰਤ ਇਹ ਹਾਲਿਆ ਜੀ ਗੱਲ ਇਹ ਆ ਕਿ ਇੱਕ ਤਾਂ ਕੋਈ ਠੇਕੇਦਾਰੀ ਸਿਸਟਮ ਦੇ ਵਿੱਚ ਬਈ ਕਮਿਸ਼ਨ ਖੋਰੀ ਮਾਂ ਜਿਹੜੀ ਹੈ ਉਹ ਬੰਦ ਕਰਕੇ ਜਿਹੜੀ ਮਾੜੀ ਹੈ ਬਈ ਸਹੀ ਢੰਗ ਦੇ ਨਾਲ ਠੇਕਾ ਦਿਓ ਅਗਲੇ ਨੂੰ ਸਹੀ ਢੰਗ ਦੇ ਨਾਲ ਉਹਨੂੰ ਪੈਸੇ ਪੇਮੈਂਟ ਆ ਕਰੀ ਜਾਓ ਸਹੀ ਢੰਗ ਦੇ ਨਾਲ ਤੁਹਾਡੀ ਜਿਹੜੀ ਮਸ਼ੀਨਰੀ ਹੈ ਸਰਕਾਰੀ ਉਹ ਕੰਮ ਕਰੇ ਤੇ ਡੈਡਲਾਈਨ ਹੋਵੇ ਇਥੋਂ ਤੱਕ ਕਿ ਟੁੱਟਣ ਦੀ ਵੀ ਡੈਡਲਾਈਨ ਹੋਵੇ ਇਥੇ ਉਹ ਸੜਕ ਕਰ ਜਾਂਦੇ ਉਦਾਂ ਹੀ ਆਪਣੇ ਪਿੰਡਾਂ 'ਚ ਸੜਕ ਬਣਾਉਂਦੇ ਕਦੇ ਵੇਖਿਆ ਪਾਸੇ ਮਿੱਟੀ ਪਾ ਜਾਂ। ਮੈਂ ਉਹ ਸਾਡੇ ਨਾਲ ਬਣੀ ਸੜਕ ਹਾਲ ਕੁ ਪਹਿਲਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਇੱਦਾਂ ਕਰੋ ਕਿ ਮੇਰੀ ਜਿੱਥੇ ਹੈਗੀ ਹੈ ਜਗਾ ਇੱਥੇ ਮਿੱਟੀ ਜਿੰਨੀ ਲੱਗਦੀ ਹੈ ਲੋਹਰ ਲਾ ਲਓ ਤੇ ਸੜਕ ਟੁੱਟੇ ਨਾ ਉਹ ਕਹਿੰਦਾ ਕਿਹੋ ਜੀਆਂ ਗੱਲਾਂ ਕਰਦੇ ਇਹਦੇ ਮਿੱਟੀ ਲਾਉਣ ਦਾ ਤਾਂ ਆਡਰ ਹੀ ਹੈ ਨਹੀਂਗਾ ਸਾਨੂੰ ਤੇ ਮੈਂ ਕਿਹਾ ਸੜਕ ਬਣਾਉਣ ਦਾ ਫਿਰ ਕਰੋਗੇ ਕੀ ਇਦਾਂ ਟੁੱਟ ਜਾਨੀ ਹੈ ਕਿਉਂਕਿ ਐਸੇ ਪਾਸੇ ਕਿਸੇ ਨੇ ਜਗਾ ਤੇ ਛੱਡੀ ਨਹੀਂ ਉਹੀ ਗੱਲ ਉਹ ਕਿਨਾਰੇ ਪੁਰੇ ਪੈਣਾ ਮੈਂ ਕਹਿੰਦਾ ਮੈਂ ਕਿਹਾ ਯਾਰ ਮੇਰੇ ਮੱਥੇ ਤੇ ਜਿੰਨੀ ਆਉਂਦੀ ਹੈ ਨਾ ਲਾ ਲਓ ਜੀ ਜਿੰਨੀ ਮਿੱਟੀ ਲੱਗਦੀ ਹੈ 2 ਫੁੱਟ ਲਾ ਲਓ 2.5 ਫੁੱਟ ਕਹਿੰਦਾ ਨਾ 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 ਮਿੱਟੀ ਘਾਤੋਂ ਲਾਉਣੀ ਹੈ ਜੀ ਅਸੀਂ ਇਹ ਲਾਉਂਦੇ ਬਾਈ ਮੈਂ ਚੁੱਪ ਕਰਕੇ ਬਹਿ ਗਿਆ ਮੈਂ ਕਿਹਾ ਠੀਕ ਹੈ ਸਰ ਕਮਾਲ ਦੀ ਗੱਲ ਕਿਉਂਕਿ ਤੁਸੀਂ ਤੇ ਬਣਾਉਂਦੇ ਤੋੜਨ ਵਾਸਤੇ ਹੋ ਨਾ ਵੀ ਜਲਦੀ ਟੁੱਟ ਜਾਵੇ ਫਿਰ ਰਿਪੇਅਰਿੰਗ ਆਏਗੀ ਫਿਰ ਖਾਲਾਂਗੇ ਤੁਹਾਡਾ ਤਾਂ ਮਕਸਦ ਹੀ ਇਹ ਹੈ ਉਹ ਕਹਾਣੀ ਇਹੀ ਹੈ ਕਿ ਕ੍ਰਾਪਸ਼ਨ ਬਹੁਤ ਜ਼ਿਆਦਾ ਹੈ ਜੀ ਜਿੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਹੈ ਜਿੱਥੇ ਇੰਨਾ ਜ਼ਿਆਦਾ ਸੰਗਠਿਤ ਲੋਕ ਨਹੀਂ ਹੈ ਉੱਥੇ ਕ੍ਰਾਪਸ਼ਨ ਕੁਝ ਜ਼ਿਆਦਾ ਵਾਝ ਜਾਂਦੀ ਹੈ ਜੀ ਸੋ ਨਿਤਿਸ਼ ਦੇ ਕਾਰਜਕਾਲ ਦੇ ਦੌਰਾਨ ਇਹ ਇੱਕ ਹੋਰ ਨਮੂਨਾ ਹੈ ਕਿ ਕਿਸ ਤਰ੍ਹਾਂ ਕੰਮ ਕਰ ਜਿਹੜੇ ਪ੍ਰਸ਼ਾਸਕੀ ਤੌਰ ਤੇ ਚੱਲਦੇ ਨੇ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋਂ ਮੈਂ ਜਦ ਰ ਦੇਖਦਾ ਕੋਈ ਕਮੈਂਟਡ ਔਨ ਕਰਕੇ ਤਾਂ ਜੀ ਤੇ ਆਪਣਾ ਕਹਿੰਦੇ ਜੀ ਕਿ ਬਲਰਾਮ ਢਾਲੀ ਵਾਲਾ ਇਹ ਕਹ ਰਿਹਾ ਜੀ ਕਿ 150 ਰੁਪਏ ਇੱਕ ਕਨੈਕਸ਼ਨ ਦਾ ਜੀ ਮਹੀਨੇ ਦਾ ਜੀ ਕਹਿੰਦੇ ਕਿ ਜੀ ਤੇ ਇਹਦੇ ਨਾਲ ਤਾਂ ਮਿੰਟੂ ਜੀ ਕਹਿੰਦੇ ਕਿ ਜੀ ਆਪਣਾ ਆਇਕਾ ਮਾਰਮੀ ਦੀ ਤਨਖਾਹ ਤੇ ਬਿਜਲੀ ਦਾ ਖਰਚਾ ਜਿਹੜਾ ਉਹ ਨਿਕਲ ਜਾਂਦਾ ਜੀ ਨਹੀਂ ਕਰਦਾ ਨਹੀਂ ਦਿੰਦੇ ਸਾਂਝੇ ਕੰਮ 'ਚ ਪੈਸੇ ਨਹੀਂ ਦਿੰਦੇ ਹਾਂਜੀ ਮਾਨ ਸਾਹਿਬ ਜੀ ਤਾਂ ਉਹਦਾ ਭਾਵੇਂ ਜਿੰਨੇ ਮਰਜ਼ੀ ਖਰਚ ਕਰ ਲੈਣਾ ਜੀ ਕੱਲੇ ਕੱਲੇ ਪਾਣੀ ਦੀਆਂ ਬੋਤਲਾਂ ਲਈ ਆਉਂਦੇ ਨੇ ਜੀ ਘਰਾਂ ਚਾਹ ਰੋਲ ਵਾ ਲਿਆ ਜੇ ਕਰੇ ਕੋਈ ਫੰਕਸ਼ਨ ਆ ਤੇ ਫਿਰ ਘੜੂ ਕੱਲ ਅੱਦ ਕਿ ਉਹ ਆ ਜਾਂਦਾ ਕੈਂਪਰਾਂ ਦਾ ਜੀ ਉਹ ਨਹੀਂ ਗਿਣਗੇ ਪੈਸੇ ਜਿੰਮ ਚ ਜਾਣ ਵਾਸਤੇ ਚੰਗੀ ਖੁਰਾਕ ਖਾਣ ਵਾਸਤੇ ਕਰਨ ਕਿ ਪੈਸੇ ਕਿੱਥੋਂ ਲੈ ਗਏ ਮਹਿੰਗਾਈ ਬੜੀ ਹੈ ਤੇ ਜਦੋਂ ਡਾਕਟਰ ਖੋਲਦਾ ਫਿਰ ਇੰਜਨ ਉੱਥੇ ਵੱਧਾ ਰੁੱਧੇ ਕਹਿੰਦੇ 2.5 ਲੱਖ 3 ਲੱਖ ਚੱਕ ਵੀ ਜੇ ਪਹਿਲਾਂ ਹੀ ਆਪ ਦੀ ਸਿਹਤ ਤੇ ਲਾਓ ਥੋੜਾ ਥੋੜਾ ਇਨਵੈਸਟ ਕਰੀ ਚੱਲੋ ਦਿਨ ਚ ਜੀ 100 200 300 ਜੀ ਤੇ ਆਪੇ ਤੁਹਾਨੂੰ ਲੋੜ ਹੀ ਨਾ ਪਵੇ ਜੀ ਬੋਬਿਆਂ ਦੇ ਬੋਬੇ ਦੇਣੇ ਪੈਂਦੇ ਆ ਫਿਰ। ਯਕਦਮ। ਜੀ। ਉਹ ਇਹ ਸਾਡੇ ਚ ਪਤਾ ਨਹੀਂ ਕਿਉਂ ਅੱਗੇ ਸਗੋਂ ਲੋਕ ਨਾ ਬੜੇ ਸੱਚਜੇ ਸਨ ਸਾਡੇ ਬਜ਼ੁਰਗ। ਜੀ। ਉਹਨਾਂ ਨੇ ਉਗਰਾਹੀ ਕਰਨੀ ਤੇ ਕੋਈ ਉਗਰਾਹੀ ਤੋਂ ਛੇਤੀ ਕੀਤਾ ਮੋੜਦਾ ਨਹੀਂ ਸੀ ਹੁੰਦਾ। ਜੀ ਜੀ ਬਿਲਕੁਲ। ਤੇ ਹੁਣ ਹੁਣ ਤੇ ਤੁਸੀਂ ਦੇਖਿਓ ਕਈ ਵਿਚਾਰੇ ਲੰਗਰ ਵਾਲੇ ਜਿਹੜੇ ਸਹੀ ਜੈਨੂਨ ਲੰਗਰ ਲਾਉਂਦੇ ਨੇ ਉਹਨਾਂ ਨੂੰ ਵੀ ਮੋੜ ਦਿੰਦੇ ਨੇ। ਜੀ। ਇਹ ਲੈ ਇਹਨਾਂ ਦਾ ਤਾਂ ਕੰਮ ਇਹ ਆ। ਜੀ। ਮੇ ਲੰਗਰ ਤਾਂ ਉੱਡੇ ਨਾਲ ਹੀ ਚੱਲਣਾ ਹੈ ਜੀ ਬਿਲਕੁਲ ਬਿਲਕੁਲ ਸੋ ਇਹ ਆ ਕਿ ਅਸੀਂ ਹੁਣ ਵਾਕਿਆ ਥੋੜੇ ਸੌੜੇ ਹੋ ਰਹੇ ਆ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਜਿਹੜਾ ਵੀਕੈਂਡ ਦੇ ਉੱਤੇ ਪੁਲ ਟੁੱਟਿਆ ਉਹਦੇ ਬੜੇ ਚਰਚੇ ਹੋ ਰਹੇ ਨੇ ਜੀ ਕਹਿੰਦੇ ਕਿ ਬਈ ਇਹ ਮੇਰੇ ਖਿਆਲ ਨਾਲ ਗਰੇ ਕਿਦੋਂ ਘਾਟਨ ਤੋਂ ਪਹਿਲਾਂ ਹੀ ਟੁੱਟ ਗਿਆ ਜੀ ਤਾ ਅ ਸ਼ੁਕਰ ਕਰੋ ਵੀ ਉਹ ਪੁਲ ਜਿਹੜਾ ਹੈ ਉਹ ਖਲੋਤਾ ਸੀਗਾ ਤੇ ਡਿੱਗ ਪਿਆ ਕਈ ਤੇ ਪੁਲ ਇਸ ਤਰ੍ਹਾਂ ਦੇ ਆ ਕਾਗਜ਼ਾਂ 'ਚ ਹੀ ਖਲੋਤੇ ਤੇ ਕਾਗਜ਼ਾਂ 'ਚ ਹੀ ਡਿੱਗ ਪੈਂਦੇ ਨੇ ਇੰਡੀਆ ਹਾਜ਼ਰ ਜੀ ਬਿਹਾਰ ਦੀ ਤੇ ਹਿਸਟਰੀ ਹੈ ਜੀ ਇਹੀ ਪੁਲ ਦਾ ਇੱਕ ਹਿੱਸਾ ਅਪ੍ਰੈਲ 22 ਚ ਡਿੱਗਾ ਚਲੋ ਅਪ੍ਰੈਲ 22 ਚ ਹਲੇ ਮੂਰਤ ਬਾਕੀ ਹੈ ਹਾਂਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਪਟਨਾ ਚ ਇੱਕ ਵਰੀ ਡਿੱਗ ਪਿਆ ਇਸ ਤਰ੍ਹਾਂ ਦਾ ਪੁੱਲ ਜੀ ਆ ਥੋੜਾ ਸਮਾਂ ਪਹਿਲਾਂ ਜੀ ਇੱਕ ਹੋਰ ਅਸਮ ਦੇ ਵਿੱਚ ਡਿੱਗਾ ਸੀਗਾ ਜੀ ਉਹਨਾ ਮਜ਼ਾਕ ਕਰਦੇ ਹੁੰਦੇ ਲੋਕ ਕਹਿੰਦੇ ਕਿ ਕਿਸੇ ਨੂੰ ਨਾ ਰੰਗ ਕਰਨ ਵਾਲੇ ਨੂੰ ਭੇਜਿਆ ਕਿ ਜਾ ਫਲਾਣੇ ਫਲਾਈਓਵਰ ਤੇ ਜਾਂ ਫਲਾਣਾ ਜਿਹੜਾ ਪੁੱਲ ਸੀਗਾ ਕਿ ਭਾਈ ਉਹਦੇ ਤੇ ਰੰਗ ਕਰਕੇ ਆ ਜੀ ਉਹ ਵਿਚਾਰਾ ਸਾਰਾ ਦਿਨ ਮਗਜ਼ ਖਪਾਈ ਕਰਕੇ ਤੇ ਵਾਪਸ ਆ ਗਿਆ ਆਫਿਸ ਦੇ ਵਿੱਚ ਉਹ ਕਹਿੰਦਾ ਜੀ ਕਿ ਜਿੱਥੇ ਤੁਸੀਂ ਦੱਸਿਆ ਉੱਥੇ ਤਾਂ ਪੁਲਾ ਹੀ ਨਹੀਂ ਮੈਂ ਤੇ ਆਸੇ-ਪਾਸੇ ਵੀ ਵੇਖ ਆਇਆ ਮੈਂ ਹੁਣ ਰੰਗ ਕਿੰਨੂੰ ਕਰਾਂ ਦੱਸੋ ਉੱਥੇ ਤਾਂ ਪੁਲ ਹੀ ਆ ਨਹੀਂ ਜੀ ਉਹਨਾਂ ਨੇ ਆਖਿਆ ਕਿ ਕਮਾਲ ਦੀ ਗੱਲ ਐ ਭਰਾਵਾ ਅਸੀਂ ਪੁਲ ਜਿੱਤਰਾ ਕਾਗਜ਼ਾਂ 'ਚ ਬਣਾ ਕੇ ਖਾ ਦਿੱਤਾ ਤੇ ਤੂੰ ਇੱਕ ਰੰਗ ਨਹੀਂ ਲਾ ਸਕਦਾ ਤੁਮੀ ਕਹਦੇ ਵੀ ਰੰਗ ਲਾ ਆਇਆ ਬਸ ਜੀ ਐਦਾ ਤੇ ਰੰਗ ਲੱਗੇ ਨੇ ਜੀ ਆਹ ਹਾਲਿਆ ਸੋ ਇਹ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਨਿਤੇਸ਼ ਕੁਮਾਰ ਦਾ ਜੀ ਹੁਣ ਹੁੰਦਾ ਕੀ ਆ ਤੁਸੀਂ ਦੇਖੋ ਇਹਨੇ 19 ਚ ਤਿਆਰ ਹੋਣਾ ਸੀ 1700 ਕਰੋੜ ਰੁਪਈਆ ਹੁਣ ਇਹਦਾ ਬਣ ਗਿਆ ਉਹ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਇਹ ਸਾਰਾ ਇਹਦਾ ਹੈਗਾ ਸੀ ਬਜਟ 6700 ਕਰੋੜ ਦਾ ਉਹ ਵਧ ਗਿਆ ਵਧ ਗਿਆ 6 ਵਾਰੀ ਜਿਹੜੀ ਇਹਦੀ ਮਿਆਦ ਸੀਗੀ ਉਹ ਵਧਾਈ ਗਈ ਆ ਉਹਦੇ ਚ ਵਾਧਾ ਕੀਤਾ ਗਿਆ ਵਾਦਾ ਕਿਸ ਕਰਕੇ ਲੇਟ ਕਰੀ ਜਾਂਦੇ ਪ੍ਰੋਜੈਕਟ ਨੂੰ ਖਾਈ ਜਾਂਦੇ ਆ ਕਮਿਸ਼ਨ ਵੰਡੀ ਜਾਂਦੇ ਆ ਲੇਟ ਕਰੀ ਜਾਂਦੇ ਆ 6 ਐਕਸਟੈਂਸ਼ਨ ਨੇ ਇਸ ਪੁੱਲ ਦੀਆਂ ਤੇ ਮੈਨੂੰ ਲੱਗਦਾ 2-3 ਹੁਣ ਹੋਰ ਨਹੀਂ ਮਾਣ ਨੂੰ ਜੰਮੀਆ ਜੀ ਜਿਸ ਤਰ੍ਹਾਂ ਰੁੜ ਗਿਆ ਕਿੱਸਾ ਜੀ ਉਹ ਥੱਲੇ ਉਹ ਜਿਹੜੇ ਪਿੱਲਰ ਜੇ ਹੁੰਦੇ ਉਹ ਵੀ ਬਹਿ ਕੇ ਕਹਿੰਦੇ ਜੀ ਤੇ ਉਹ ਡਿੱਗ ਪਿਆ ਲੋਕ ਉਥੇ ਵੀਡੀਓ ਆਡੀਓ ਬਣਾ ਕੇ ਮੋੜਾ ਹੈ ਬਿਆਹ ਪਿਆ ਜੇ ਪੋਲਾ ਹੁਣ ਕਹਿੰਦੇ ਜਾਂਚ ਪੜਤਾਲ ਕਰਵਾਵਾਂਗੇ ਉਹ ਜਾਂਚ ਪੜਤਾਲ ਵਾਲੇ ਵੀ ਹੋ ਸਕਦਾ 2-4 ਪੁੱਲ ਦੇ ਵਿੱਚੋਂ ਜਿਹੜਾ ਹਿੱਸਾ ਪਤਾ ਉਹ ਵੀ ਲੈ ਕੇ ਆ ਜਾਣਾ ਇਹੀ ਕੋ ਚੱਲਦਾ ਹੈ ਨਾ ਜੀ ਤਾਂ ਆਹ ਸੂਰਤ ਇਹ ਹਾਲਿਆ ਜੀ ਗੱਲ ਇਹ ਆ ਕਿ ਇੱਕ ਤਾਂ ਕੋਈ ਠੇਕੇਦਾਰੀ ਸਿਸਟਮ ਦੇ ਵਿੱਚ ਬਈ ਕਮਿਸ਼ਨ ਖੋਰੀ ਮਾਂ ਜਿਹੜੀ ਹੈ ਉਹ ਬੰਦ ਕਰਕੇ ਜਿਹੜੀ ਮਾੜੀ ਹੈ ਬਈ ਸਹੀ ਢੰਗ ਦੇ ਨਾਲ ਠੇਕਾ ਦਿਓ ਅਗਲੇ ਨੂੰ ਸਹੀ ਢੰਗ ਦੇ ਨਾਲ ਉਹਨੂੰ ਪੈਸੇ ਪੇਮੈਂਟ ਆ ਕਰੀ ਜਾਓ ਸਹੀ ਢੰਗ ਦੇ ਨਾਲ ਤੁਹਾਡੀ ਜਿਹੜੀ ਮਸ਼ੀਨਰੀ ਹੈ ਸਰਕਾਰੀ ਉਹ ਕੰਮ ਕਰੇ ਤੇ ਡੈਡਲਾਈਨ ਹੋਵੇ ਇਥੋਂ ਤੱਕ ਕਿ ਟੁੱਟਣ ਦੀ ਵੀ ਡੈਡਲਾਈਨ ਹੋਵੇ ਇਥੇ ਉਹ ਸੜਕ ਕਰ ਜਾਂਦੇ ਉਦਾਂ ਹੀ ਆਪਣੇ ਪਿੰਡਾਂ 'ਚ ਸੜਕ ਬਣਾਉਂਦੇ ਕਦੇ ਵੇਖਿਆ ਪਾਸੇ ਮਿੱਟੀ ਪਾ ਜਾਂ। ਮੈਂ ਸਾਡੇ ਨਾਲ ਬਣੀ ਸੜਕ ਹਾਲ ਕੁ ਪਹਿਲਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਇੱਦਾਂ ਕਰੋ ਕਿ ਮੇਰੀ ਜਿੱਥੇ ਹੈਗੀ ਹੈ ਜਗਾ ਇੱਥੇ ਮਿੱਟੀ ਜਿੰਨੀ ਲੱਗਦੀ ਹੈ ਲੋਹਰ ਲਾ ਲਓ ਤੇ ਸੜਕ ਟੁੱਟੇ ਨਾ ਉਹ ਕਹਿੰਦਾ ਕਿਹੋ ਜੀਆਂ ਗੱਲਾਂ ਕਰਦੇ ਇਹਦੇ ਮਿੱਟੀ ਲਾਉਣ ਦਾ ਤਾਂ ਆਰਡਰ ਹੀ ਨਹੀਂਗਾ ਸਾਨੂੰ ਤੇ ਮੈਂ ਕਿਹਾ ਸੜਕ ਬਣਾਉਣ ਦਾ ਫਿਰ ਕਰੋਗੇ ਕੀ ਇਧਰ ਟੁੱਟ ਜਾਣੀ ਹੈ ਕਿਉਂਕਿ ਐਸੇ ਪਾਸੇ ਕਿਸੇ ਨੇ ਜਗਾ ਤੇ ਛੱਡੀ ਨਹੀਂ ਉਹੀ ਗੱਲ ਉਹ ਕਿਨਾਰੇ ਪੁਰੇ ਪੈਨੇ ਮੈਂ ਕਹਿੰਦਾ ਮੈਂ ਕਿਹਾ ਯਾਰ ਮੇਰੇ ਜ ਮੱਥੇ ਤੇ ਜਿੰਨੀ ਆਉਂਦੀ ਹੈ ਨਾ ਲਾ ਲਓ ਜੀ ਜਿੰਨੀ ਮਿੱਟੀ ਲੱਗਦੀ ਹੈ 2 ਫੁੱਟ ਲਾ ਲਓ 2.5 ਫੁੱਟ ਕਹਿੰਦਾ ਨਾ 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 ਮਿੱਟੀ ਘਾਤੋ ਲਾਉਣੀ ਹੈ ਜੀ ਅਸੀਂ ਇਹ ਲਾਉਂਦੇ ਬਾਈ ਮੈਂ ਚੁੱਪ ਕਰਕੇ ਬਹਿ ਗਿਆ ਮੈਂ ਕਿਹਾ ਠੀਕ ਹੈ ਸਰ ਕਮਾਲ ਦੀ ਗੱਲ ਹੈ ਕਿਉਂਕਿ ਤੁਸੀਂ ਤੇ ਬਣਾਉਂਦੇ ਤੋੜਨ ਵਾਸਤੇ ਹੋ ਨਾ ਵੀ ਜਲਦੀ ਟੁੱਟ ਜਾਵੇ ਫਿਰ ਰਿਪੇਅਰਿੰਗ ਆਏ ਕਿ ਫਿਰ ਖਾਲਾਂਗੇ ਤੁਹਾਡਾ ਤਾਂ ਮਕਸਦ ਹੀ ਇਹ ਹੈ ਤੋ ਕਹਾਣੀ ਇਹੀ ਹੈ ਕਿ ਕ੍ਰਾਪਸ਼ਨ ਬਹੁਤ ਜ਼ਿਆਦਾ ਹੈ ਜੀ ਜਿੱਥੇ ਜਿਆਦਾ ਪੜੇ ਲਿਖੇ ਲੋਕ ਨਹੀਂ ਹੈ ਜਿੱਥੇ ਇੰਨਾ ਜਿਆਦਾ ਸੰਗਠਿਤ ਲੋਕ ਨਹੀਂ ਹੈ ਉੱਥੇ ਕ੍ਰਾਪਸ਼ਨ ਕੁਝ ਜ਼ਿਆਦਾ ਵਾਝ ਜਾਂਦੀ ਹੈ ਜੀ ਸੋ ਨਿਤਿਸ਼ ਦੇ ਕਾਰਜਕਾਲ ਦੇ ਦੌਰਾਨ ਇਹ ਇੱਕ ਹੋਰ ਨਮੂਨਾ ਹੈ ਕਿ ਕਿਸ ਤਰ੍ਹਾਂ ਕੰਮ ਕਰ ਜਿਹੜੇ ਪ੍ਰਸ਼ਾਸਕੀ ਤੌਰ ਤੇ ਚੱਲਦੇ ਨੇ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋਂ ਮੈਂ ਜਦੋਂ ਦੇਖਦਾ ਕੋਈ ਕਮੈਂਟਡ ਔਨ ਕਰਕੇ ਤਾਂ ਜੀ ਤੇ ਆਪਣਾ ਕਹਿੰਦੇ ਜੀ ਕਿ ਬਲਰਾਮ ਢਾਲੀ ਵਾਲਾ ਇਹ ਕਹ ਰਿਹਾ ਜੀ ਕਿ 150 ਰੁਪਏ ਇੱਕ ਕਨੈਕਸ਼ਨ ਦਾ ਜੀ ਮਹੀਨੇ ਦਾ ਜੀ ਕਹਿੰਨੇ ਕਿ ਜੀ ਤੇ ਇਹਦੇ ਨਾਲ ਤਾਂ ਮਿੰਟੂ ਜੀ ਕਹਿੰਦੇ ਕਿ ਜੀ ਆਪਣਾ ਆਇਕਾ ਆਰਮੀ ਦੀ ਤਨਖਾਹ ਤੇ ਬਿਜਲੀ ਦਾ ਖਰਚਾ ਜਿਹੜਾ ਉਹ ਨਿਕਲ ਜਾਂਦਾ ਜੀ ਨਹੀਂ ਕਹਿੰਦਾ ਨਹੀਂ ਦਿੰਦੇ ਸਾਂਝੇ ਕੰਮ 'ਚ ਪੈਸੇ ਨਹੀਂ ਦਿੰਦੇ ਹਾਂਜੀ ਮਾਨ ਸਾਹਿਬ ਜੀ ਤਾਂ ਉਹਦਾ ਭਾਵੇਂ ਜਿੰਨੇ ਮਰਜ਼ੀ ਖਰਚ ਕਰ ਲੈਣਾ ਜੀ ਕੱਲੇ-ਕੱਲੇ ਪਾਣੀ ਦੀਆਂ ਬੋਤਲਾਂ ਲਈ ਆਉਂਦੇ ਨੇ ਜੀ ਘਰਾਂ ਚਾਰ ਰੋਲ ਵਾ ਲਿਆ ਜੇ ਕਰੇ ਕੋਈ ਫੰਕਸ਼ਨ ਆ ਤੇ ਫਿਰ ਘੜੂ ਕੱਲ ਅੱਧਾ ਕਿ ਉਹ ਆ ਜਾਂਦਾ ਕੈਂਪਰਾਂ ਦਾ ਜੀ ਉਹ ਨਹੀਂ ਗਨਣਗੇ ਪੈਸੇ ਜਿੰਮ ਚ ਜਾਣ ਵਾਸਤੇ ਚੰਗੀ ਖੁਰਾਕ ਖਾਣ ਵਾਸਤੇ ਕਰਨ ਕੇ ਪੈਸੇ ਕਿੱਥੋਂ ਲੈ ਗਏ ਮਹਿੰਗਾਈ ਬੜੀ ਹੈ ਤੇ ਜਦੋਂ ਡਾਕਟਰ ਖੋਲਦਾ ਫਿਰ ਇੰਜਨ ਉੱਥੇ ਵੱਧਾ ਰੁੱਦੇ ਕਹਿੰਦੇ 2.5 ਲੱਖ 3 ਲੱਖ ਚੱਕ ਵੀ ਜੇ ਪਹਿਲਾਂ ਹੀ ਆਪ ਦੀ ਸਿਹਤ ਤੇ ਲਾਓ ਥੋੜਾ ਥੋੜਾ ਇਨਵੈਸਟ ਕਰੀ ਚੱਲੋ ਦਿਨ ਚ ਜੀ 100 200 300 ਜੀ ਤੇ ਆਪੇ ਤੁਹਾਨੂੰ ਲੋੜ ਹੀ ਨਾ ਪਵੇ ਜੀ ਬੋਬਿਆਂ ਦੇ ਬੋਬੇ ਦੇਣੇ ਪੈਂਦੇ ਆ ਫਿਰ। ਯਕਦਮ। ਜੀ। ਉਹ ਇਹ ਸਾਡੇ ਚ ਪਤਾ ਨਹੀਂ ਕਿਉਂ ਅੱਗੇ ਸਗੋਂ ਲੋਕ ਨਾ ਬੜੇ ਸੱਚਜੇ ਸਨ ਸਾਡੇ ਬਜ਼ੁਰਗ। ਜੀ। ਉਹਨਾਂ ਨੇ ਉਗਰਾਹੀ ਕਰਨੀ ਤੇ ਕੋਈ ਉਗਰਾਹੀ ਤੋਂ ਛੇਤੀ ਕੀਤਾ ਮੋੜਦਾ ਨਹੀਂ ਸੀ ਹੁੰਦਾ। ਜੀ ਜੀ ਬਿਲਕੁਲ। ਤੇ ਹੁਣ ਹੁਣ ਤੇ ਤੁਸੀਂ ਦੇਖਿਓ ਕਈ ਵਿਚਾਰੇ ਲੰਗਰ ਵਾਲੇ ਜਿਹੜੇ ਸਹੀ ਜੈਨੂਨ ਲੰਗਰ ਲਾਉਂਦੇ ਨੇ ਉਹਨਾਂ ਨੂੰ ਵੀ ਮੋੜ ਦਿੰਦੇ ਨੇ। ਜੀ। ਇਹ ਲੈ ਇਹਨਾਂ ਦਾ ਤਾਂ ਕੰਮ ਇਹ ਆ। ਜੀ। ਮੇ ਲੰਗਰ ਤਾਂ ਉਹ ਡੇਡ ਵਾਲੀ ਚੱਲਣਾ ਹੈ ਜੀ ਬਿਲਕੁਲ ਬਿਲਕੁਲ ਸੋ ਇਹ ਆ ਕਿ ਅਸੀਂ ਹੁਣ ਵਾਕਿਆ ਥੋੜੇ ਸੌੜੇ ਹੋ ਰਹੇ ਆ ਜੀ ਜੀ ਬਿਲਕੁਲ ਬਿਲਕੁਲ